ਸ੍ਰੀ ਰਾਮਲੀਲਾ ਕਲਾ ਮੰਚ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਦੁਰਗਾ ਮੰਦਰ ਸਮਰਾਲਾ ਵਿੱਚ ਕਰਵਾਏ ਜਾ ਰਹੇ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ 5ਵੇਂ ਦਿਨ ਕਥਾਵਾਚਕ ਸ੍ਰੀਮਤੀ ਹੇਮਲਤਾ ਸ਼ਾਸਤਰੀ ਵੱਲੋਂ ਸੰਗਤਾਂ ਨੂੰ ਕਥਾ ਸੁਣਾ ਕੇ ਨਿਹਾਲ ਕੀਤਾ ਗਿਆ ਅਤੇ ਸਮਾਗਮ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਜਦ ਇਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ, ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ। ਮੈਂ ਧੰਨਵਾਦ ਕਰਨਾ ਚਾਹੁੰਦਾ ਪਹਿਲਾਂ ਦਾ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਅਤੇ MLA ਸਾਹਿਬ ਨੂੰ ਇਹ ਮੌਕਾ ਦਿੱਤਾ ਕਿ ਅਸੀਂ ਇਸ ਪਾਵਨ ਹਜ਼ੂਰੀ ਵਿੱਚ ਆਪਦੀ ਹਾਜ਼ਰੀ ਲਵਾ ਸਕੇ। ਇਹ ਜੋ ਸ਼੍ਰੀਮਦ ਭਗਵਤ ਗੀਤਾ ਜੋ ਉੱਥੇ ਕਥਾ ਚੱਲੀ ਆ, ਇਹ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਚੱਲਣੀ ਆ। ਮੈਂ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਉਹ ਲਾਜ਼ਮੀ ਇੱਥੇ ਆਉਣ ਅਤੇ ਇੰਨਾ ਰਸ ਮਿਲਦਾ ਇੱਥੇ ਆ ਕੇ। ਸਾਡਾ ਉੱਠਣ ਨੂੰ ਬਿਲਕੁਲ ਮਨ ਨਹੀਂ ਸੀ ਪਰ MLA ਸਾਹਿਬ ਦੇ ਜ਼ਰੂਰੀ ਰਜੇ ਮਿਆਉਣ ਕਰਕੇ ਸਾਨੂੰ ਜਾਣਾ ਪੈ ਰਿਹਾ ਵਾ, ਪਰ ਜੋ ਇੱਥੇ ਬੈਠ ਕੇ ਸਾਨੂੰ ਸ਼ਾਂਤੀ ਮਿਲੀ ਹੈ, ਜੋ 1 ਘੰਟੇ ਦਾ ਅਸੀਂ ਰਸ ਲਿਆ ਵਾ, ਉਹ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰ ਜਾਂਗੇ ਵੀ ਇੱਕ ਵਾਰ ਜ਼ਰੂਰ ਆਓ ਇੱਥੇ। ਅੱਜ ਸ਼੍ਰੀਮਦ ਭਾਗਵਤ ਦਾ 5ਵਾਂ ਦਿਨ ਹੈ ਜੀ। ਬਹੁਤ ਲੋਕਾਂ ਨੂੰ ਉਤਸ਼ਾਹ, ਬਹੁਤ ਹੀ ਪ੍ਰੇਮ ਭਾਵਨਾ ਨਾਲ ਦੇਵੀ ਹੇਮਲਤਾ ਸ਼ਾਸਤਰੀ ਜੀ ਬਹੁਤ ਵਧੀਆ ਕਥਾ ਕਰਦੇ ਨੇ। ਸਾਨੂੰ ਸਾਰੇ ਇਲਾਕਾ ਨਿਵਾਸੀਆਂ ਨੇ ਬਹੁਤ ਉਤਸ਼ਾਹ ਦਿੱਤਾ ਹੈ, ਬਹੁਤ ਹੀ ਰਸ ਭਰੀ ਕਥਾ ਕਰਦੇ ਨੇ। ਹਾਂਜੀ, ਕੱਲ੍ਹ ਨੂੰ ਹੋਲੀ ਦੀ ਸ਼੍ਰੀਮਦ ਭਾਗਵਤ 'ਚ ਹੋਲੀ ਦੀ ਰਸਮ ਅਦਾ ਕੀਤੀ ਜਾਵੇਗੀ। ਪਰਸੋਂ ਨੂੰ 9 ਤੋਂ ਲੈ ਕੇ 12 ਵਜੇ ਤੱਕ ਸ਼੍ਰੀਮਦ ਭਾਗਵਤ ਕਥਾ ਚੱਲੇਗੀ। 12 ਵਜੇ ਤੋਂ ਖੁੱਲ੍ਹਾ ਭੰਡਾਰਾ ਚੱਲੇਗਾ ਔਰ 20 ਤਰੀਕ ਨੂੰ ਸੰਤ ਸੰਮੇਲਨ ਹੋਵੇਗਾ ਜਿਸ ਵਿੱਚ 300-400 ਸੰਤ ਆਉਣਗੇ ਔਰ ਬਹੁਤ ਵਧੀਆ ਸੰਤ ਸੰਮੇਲਨ ਹੋਵੇਗਾ, ਭੰਡਾਰਾ ਹੋਵੇਗਾ। ਹੋਟ ਨਿਊਜ਼ ਇੰਡੀਆ ਦੇ ਲਈ ਅਮਨ ਧੱਗੜ ਦੀ ਰਿਪੋਰਟ।